ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀਪ ਸਿੰਘ ਖਾਲਸਾ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਸਾਧ ਸੰਗਤ ਜੀ, ਅੱਜ ਆਪਾਂ ਗੱਲ ਕਰਨੀ ਆ ਕਿ ਜਿਹੜੀ ਇੱਕ ਮੁਕਤਸਰ ਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਇੱਕ ਜਨਾਨੀ ਆ ਕੋਈ, ਉਸਨੇ ਸ੍ਰੀ ਸਾਹਿਬ ਪਾਇਆ ਆ ਥੱਲਿਓਂ ਦੀ ਕਮੀਜ਼ ਦੇ, ਅਤੇ ਬੰਨੇ ਥਾਣੀ ਸ੍ਰੀ ਸਾਹਿਬ ਦਿਖ ਰਿਹਾ ਅਤੇ ਉਹ ਜਬਾਨਾ ਕੱਢਣ ਦੀ ਆ, ਜਿੱਦਾਂ ਕਿ ਕਾਲੀ ਮਾਤਾ ਦੀ ਜ਼ਬਾਨ ਆ ਨਾ, ਜਵਾਲਾ ਜੀ ਕਾਲੀ ਮਾਤਾ ਜੀ, ਉਹ ਇੱਦਾਂ ਜ਼ਬਾਨਾਂ ਕੱਢ ਕੇ ਤਾਂ ਦਿਖਾ ਰਹੀ ਆ ਵੀ ਮੈਂ ਮੇਰੇ ਅੰਦਰ ਕੋਈ ਭੂਤ ਆ ਗਿਆ ਆ, ਮੇਰੇ ਅੰਦਰ ਕੋਈ ਕਾਲੀ ਸ਼ਕਤੀ ਆ ਗਈ ਆ, ਅਤੇ ਬੜੀ ਸ਼ਕਤੀ ਦੇ ਨਾਲ ਮੈਂ ਭਰ ਗਈ ਹਾਂ ਅਤੇ ਮੈਂ ਹੁਣ ਕਿਸੇ ਨੂੰ ਵੀ ਆਸ਼ੀਰਵਾਦ ਦੇ ਕੇ ਕਿਸੇ ਨੂੰ ਜਵਾ ਸਕਦੀ ਹਾਂ ਅਤੇ ਕਿਸੇ ਨੂੰ ਭਸਮ ਕਰ ਸਕਦੀ ਹਾਂ। ਪਹਿਲਾਂ ਆਪਾਂ ਵੀਡੀਓ ਵੇਖਦੇ ਹਾਂ ਇੱਕ ਖੋਤੀ ਜਨਾਨੀ ਦੀ, ਤਾਂ ਫਿਰ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ, ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਸੰਗਤ ਤੱਕ। ਆਹ ਵੇਖੋ ਜੀ, ਆਹ ਵੇਖੋ ਖੋਤੀ ਜਨਾਨੀ, ਦੁਰ ਫਿੜੇ ਮੁੜ ਤੇਰਾ ਖੋਤੀਏ ਪਾ ਕੇ ਸ੍ਰੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ, ਉਹ ਖੋਤੀਏ ਜਨਾਨੀ ਆ ਤੂੰ ਆਹ ਕੰਮ ਕਰਦੀ ਫਿਰਦੀ ਆ, ਆਵੇ ਜ਼ਬਾਨ ਕੱਢੀ ਇਹਦੇ ਮੂੰਹ ਤੇ ਘੋੜੇ ਦੀ ਲਿੱਤ ਸੁੱਟੋ ਖਾਵੇ ਜਰਾ, ਆ ਲੈ ਭੁੜਕਦੀ ਫਿਰਦੀ। ਦੁਰ ਫਿੜੇ ਮੁੱਤ ਤੁਹਾਡਾ, ਦੁਰ ਫਿੜੇ ਮੁੱਤ ਤੇਰਾ ਚਵਲ ਜਨਾਨੀ ਕੇ ਥਾਂ ਦੀ। ਹੁਣ ਨਾ ਮੈਨੂੰ ਡੱਕਿਓ ਵੀ ਮੈਂ ਅੱਜ ਭਾਸ਼ਾ ਕਿੱਦਾਂ ਵਰਤੀ, ਮੈਂ ਭਾਸ਼ਾ ਵਰਤਣੀ ਆ, ਇਹਨਾਂ ਕੰਜਰਾਂ ਨੇ ਸਾਡੇ ਪੰਥ ਦੇ ਵਿੱਚ ਪੰਥ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਕੰਜਰਾਂ ਨੇ, ਲੈ ਵੇਖ ਲਓ ਆਹ ਵੇਖੋ ਬੂਥਾ ਇਹਦਾ। ਦੁਰ ਫਿੜੇ ਮੁੱਤ ਤੇਰਾ ਹਰਾਮ ਜਾਦੀਏ, ਦੁਰ ਫਿੜੇ ਮੁੱਤ ਤੇਰਾ ਡੇਲੀਆਂ ਕੱਢਦੀ, ਇਹਦੇ ਤੱਤਾ ਤੱਤਾ ਚੋ ਮਾਰੋ ਇਹਦੇ ਅੱਖਾਂ ਦੇ ਵਿੱਚ, ਹਰਾਮ ਜਾਦੀ ਕੁੱਤੀ ਜਨਾਨੀ ਵੇ ਹੱਥ ਕਾਂਡੀ ਵੀ ਮੇਰੇ ਅੰਦਰ ਬੜੀ ਤਕੜੀ ਸ਼ਕਤੀ ਕਿਰਿਆ ਆ ਗਈ ਆ, ਲੈ ਉਹੋ ਜਿਹੇ ਲਾਗੇ ਲੋਕ ਝੰਡੂ ਲਾਲ, ਆਹ ਵੇਖੋ ਆਹ ਵੇਖੋ ਵੇਖੋ, ਦੁਰ ਫਿੜੇ ਮੂੰਹ ਦੁਰ ਫਿੜੇ ਮੂੰਹ ਦੁਰ ਫਿੜੇ ਮੂੰਹ ਤੇਰਾ, ਉਹੋ ਜਿਹੇ ਲੋਕ ਬੇਵਕੂਫ ਲਾਗੇ ਜਿਹੜੇ ਕਿ ਇਹ ਵੀਡੀਓ ਬਣਾ ਕੇ ਤੇ ਲੋਕਾਂ ਨੂੰ ਵਿਖਾਉਣ ਡਿਆ ਵੀ ਆ ਗਾਦਰਾ ਪਾ ਕੇ, ਇਹ ਕੋਈ ਇੱਥੇ ਏਜੰਸੀਆਂ ਦੀ ਨਹੀਂ ਗੱਲ, ਕੋਈ ਇੱਥੇ ਕੋਈ ਸਰਕਾਰ ਦੀ ਨਹੀਂ ਗੱਲ, ਇਹਨਾਂ ਲੋਕਾਂ ਨੇ ਢਕਵੰਜ ਬਣਾਇਆ ਲੋਕਾਂ ਨੂੰ ਲੁੱਟਣਾ ਕੁੱਟਣਾ ਤੇ ਮਾਰਨਾ। ਆਹ ਵੇਖੋ ਚਵਲ ਜਨਾਨੀ, ਦੁਰ ਫਿੜੇ ਮੂੰਹ ਤੇਰਾ ਚਵਲੇ, ਜੇ ਤੂੰ ਇਹੋ ਜਿਹੇ ਕੁੱਤੇ ਕੰਮ ਕਰਨੇ ਪਖੰਡ ਕਰਨੇ ਆ ਚਵਲੇ, ਤੇ ਚਵਲੇ ਆ ਮਹਾਰਾਜ ਦਾ ਸਾਡੇ ਦਾ ਗੁਰੂ ਸਾਹਿਬ ਦਾ ਸ੍ਰੀ ਸਾਹਿਬ ਹੀ ਲਾ ਦੇ। ਮੈਂ ਵੀਰੋ ਕਹਿਣਾ ਚਾਹੁੰਦਾ ਤੁਹਾਨੂੰ ਵੀ ਪੰਜਾਬ ਦੇ ਵਿੱਚ ਤੁਸੀਂ ਨਿਹੰਗ ਸਿੰਘੋ ਫੌਜੋ ਵੀਰ ਭਰਾਵੋ ਸੁੱਤੇ ਜੇ, ਸਾਡੀ ਤਾਂ ਮਹਾਰਾਜ ਨੇ ਡਿਊਟੀ ਲਾਈ ਪ੍ਰਚਾਰ ਦੀ, ਤੇ ਅਸੀਂ ਪ੍ਰਚਾਰ ਵੀ ਕਰ ਰਹੇ ਹਾਂ ਤੇ ਗਰਾਊਂਡ ਲੈਵਲ ਤੇ ਜਿੱਥੇ ਕੋਈ ਪਹਿਰਾ ਹੁੰਦਾ ਉੱਥੇ ਅਸੀਂ ਜਾਂਦੇ ਵੀ ਹਾਂ, ਕਾਰਜ ਕਰਦੇ ਵੀ ਹਾਂ, ਪਰ ਤੁਸੀਂ ਬਿਲਕੁਲ ਆਉਂਦੇ ਹਾਂ ਵੀ ਇਹ ਬੰਦੇ ਆ ਵੀ ਕੁਝ ਕਰਨ ਤੇ ਫਿਰ ਹੀ ਕੁਝ ਗੱਲ ਬਣੇ ਯਾਰ, ਤੁਸੀਂ ਵੀ ਮਹਾਰਾਜ ਨੂੰ ਮੰਨਦੇ ਆ, ਤੁਹਾਡਾ ਵੀ ਮਹਾਰਾਜ ਆ, ਤੁਸੀਂ ਵੀ ਮਹਾਰਾਜ ਦਾ ਸ੍ਰੀ ਸਾਹਿਬ ਆਪਣੇ ਗੱਲ ਦੇ ਵਿੱਚ ਪਾਇਆ ਆ, ਇਹੋ ਜਿਹੇ ਲੋਕਾਂ ਪਖੰਡੀਆਂ ਦਮੀਆਂ ਨੂੰ ਲੂਣ ਦੋ ਯਾਰ ਕਾਲਾ ਪਾਕਿਸਤਾਨੀ, ਬੀਬੀ ਤੈਨੂੰ ਇਹੋ ਜਿਹੇ ਇਹੋ ਜਿਹੀ ਜਗ੍ਹਾ ਤੇ ਨਹੀਂ ਰਹਿਣਾ ਚਾਹੀਦਾ, ਤੈਨੂੰ ਅਫਰੀਕਾ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਕਾਲੇ ਹਫਸ਼ੀ ਰਹਿੰਦੇ ਆ, ਉੱਥੇ ਜਾ ਤੇ ਤੂੰ ਬਰਫਰਗੀ ਹੋ ਜਾਏਗੀ, ਠੰਡੀ ਕਰਨਗੇ ਤੈਨੂੰ ਚੰਗੀ ਤਰ੍ਹਾਂ, ਤੇ ਉਹਨਾਂ ਦੇ ਕੋਲ ਜਾ ਕੇ ਉੱਥੇ ਰਹਿ ਤੇ ਉੱਥੇ ਤਰੀਆਂ ਵੇਖੀ ਕਿੱਦਾਂ ਤਕੜਾ ਭੂਤ ਕੱਢਦੇ, ਉਹ ਭੂਤ ਬੜੇ ਬੜੇ ਤਕੜੇ ਭੂਤ ਨਾਸ਼ਕ ਆ, ਹਫਸ਼ੀ 7-7 ਫੁੱਟ ਦੇ ਜਵਾਨ ਆ, ਉਹਨਾਂ ਨੇ ਭੂਤ ਮਿੰਟੋ ਮਿੰਟ ਹੀ ਕੱਢ ਦਿੰਦੇ, ਤੇਰੇ ਅੱਗੀਆਂ ਬੀਬੀਆਂ ਦੇ ਭੂਤ ਮਿੰਟੋ ਮਿੰਟ ਹੀ ਕੱਢਦੇ, ਬੜੇ ਤਕੜੇ ਭੂਤ ਨਾਸ਼ਕ ਆ, ਤੇ ਜੇ ਨਹੀਂ ਤੇਰੇ ਭੂਤ ਨਿਕਲਦੇ ਤਾਂ ਫਿਰ ਹੋਰ ਵੀ ਕੋਈ ਜਗ੍ਹਾ ਆ ਗਈ ਤੈਨੂੰ ਉਹ ਵੀ ਦੱਸ ਦਾਂਗੇ, ਜੇ ਕਿਤੇ ਤੁਹਾਡਾ ਸਾਡਾ ਤੇਰੇ ਨਾਲ ਕੋਈ ਸੰਪਰਕ ਹੋ ਗਿਆ ਤੈਨੂੰ ਦੱਸ ਦਾਂਗੇ ਉਹ ਜਗ੍ਹਾ ਕਿਹੜੀ ਆ।
ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਲੋਕਾਂ ਦੀਆਂ ਵੀਡੀਓ ਬਣਾ ਕੇ ਇਹਨਾਂ ਨੂੰ ਵਾਇਰਲ ਕਰਕੇ ਤੁਸੀਂ ਦਿਖਾ ਰਹੇ ਹਾਂ ਤੇ ਇਹ ਵੇਖੋ ਸ੍ਰੀ ਸਾਹਿਬ ਪਾ ਕੇ ਪਖੰਡ ਕਰਨ ਡਈ ਆ ਤੇ ਪਖੰਡ ਏਦਾਂ ਦੇ ਕਰਨ ਡਈ ਆ ਵੀ ਲਾਗੇ ਲੋਕ ਝੰਡੂ ਲਾਲ ਖੜੇ ਆ। ਝੰਡੂ ਲਾਲ ਮੈਂ ਉਹਨਾਂ ਨੂੰ ਝੰਡੂ ਲਾਲ ਤੇ ਝੁੱਡੂ ਲਾਲ ਕਹੂੰਗਾ ਕਿਉਂਕਿ ਝੁੱਡੂ ਆ। ਉਹਨਾਂ ਨੂੰ ਪਤਾ ਨੀ ਗਾ ਵੀ ਇੱਕ ਮਹਾਰਾਜਾ ਸ੍ਰੀ ਸਾਹਿਬ ਪਾਇਆ ਜਿੱਥੇ ਕੋਈ ਕੋਈ ਮਾੜੀਆਂ ਚੰਗੀਆਂ ਸ਼ਕਤੀਆਂ ਸ਼ੁਕਤੀਆਂ ਭੂਤ ਚੜੇਲ ਸਾਰਾ ਕੁਝ ਖਤਮ ਹੋ ਜਾਂਦਾ ਇਸ ਕੰਮ ਚ। ਜਿਹਨੇ ਯਾਰ ਸ੍ਰੀ ਸਾਹਿਬ ਪਾ ਲਿਆ ਮਹਾਰਾਜਾ, ਜਿਹਨੇ ਖੰਡੇ ਬਾਟੇ ਦੀ ਪੌ ਛਕ ਲਈ ਨਾ ਉਹ ਰਾਜਾ ਬੰਦਾ ਆ ਰਾਜਾ। ਤੇ ਜਿਹੜੇ ਬੰਦੇ ਨੇ ਜਨਾਨੀ ਨੇ ਖੰਡੇ ਬਾਟੇ ਦੀ ਪੌ ਛਕ ਕੇ ਇਹੋ ਜਿਹੇ ਕੁੱਤ ਕੰਮ ਕੁੱਤ ਖਾਨੇ ਕਰਦੀ ਹੈ ਜਾਂ ਕੁੱਤੇ ਕੰਮ ਕਰਦੀ ਜਨਾਨੀ, ਗੰਦੀ ਜਨਾਨੀ ਜਿਹੜੀ ਮੈਂ ਕਹ ਮੈਂ ਜ਼ਬਾਨ ਮੇਰੇ ਅੱਜ ਇੱਦਾਂ ਨੀ ਬੋਲਣੀ ਆ, ਇਹੋ ਜਿਹੀ ਕੁੱਤੀ ਜਨਾਨੀ ਗੰਦੀ ਜਨਾਨੀ ਜਿਹੜੀ ਆ ਇਹ 80-90 ਰੁਪਈਆਂ ਦੀ ਡਾਂਗ ਆਉਂਦੀ ਆ ਵਾਸ ਦੀ ਸੁੱਕੀ, ਐਡੀ ਮੋਟੀ ਹੁੰਦੀ ਆ 1 ਇੰਚੀ 1.5 ਇੰਚੀ ਹੁੰਦੀ ਆ ਡਾਂਗ ਮੋਟੀ। ਤੇ ਉਹ ਲਿਆ ਕੇ ਫੜ ਕੇ ਨਾ 4-5 ਬੀਬੀਆਂ ਇਹਦੀ ਏਦਾਂ ਦੀ ਗਿੱਦੜ ਕੁੱਟ ਕਰੋ, ਏਦਾਂ ਦੀ ਇਹਦੀ ਗਿੱਦੜ ਕੁੱਟ ਕਰੋ ਵੀ ਇਹਦੇ ਅੰਦਰ ਜਿੰਨੇ ਭੂਤ ਆ ਨਾ ਸਾਰੇ ਹੀ ਸਾਰੇ ਫੜ ਕੇ ਤੇ ਇੱਕ ਬੋਤਲ ਚ ਪਾ ਲਓ। ਬੋਤਲ ਚ ਪਾ ਕੇ ਤੇ ਉਹ ਭੂਤ ਜਿਹੜੇ ਆ ਦੱਬ ਦਿਓ ਤੇ ਇਹਦਾ ਮਾਸ ਜਿਹੜਾ ਨਾ ਕੁੱਟ ਕੁੱਟ ਕੇ ਛਾਣਨੀ ਵਾਂਗ ਛੰਨ ਲਓ। ਤੇ ਫੇਰ ਇਹਦੇ ਭੂਤ ਵੇਖੋ ਕਿੱਧਰ ਜਾਂਦੇ, ਇਹ ਕੁੱਤੀਆਂ ਹਰਾਮ ਜਾਂਦੀਆਂ ਪਖੰਡੀਆਂ ਜਨਾਨੀਆਂ ਜਿਹੜੀਆਂ ਗੰਦੀਆਂ ਜਨਾਨੀਆਂ ਨਾ ਇਹ ਪਖੰਡ ਕਰਨੀਆਂ ਪਖੰਡ। ਫੇਰ ਕਹਿੰਦੇ ਨਿੰਦਿਆ ਕਰਦਾ ਨਿੰਦਿਆ ਕਰਦਾ, ਜਿੱਥੇ ਸੱਚ ਬੋਲਣ ਦੀ ਗੱਲ ਆ ਜਾਂਦੀ ਉੱਥੇ ਨਿੰਦਿਆ ਨੀ ਹੁੰਦੀ, ਸੱਚ ਸਭਨਾਂ ਦਾ ਖਸਮ ਆ ਖਸਮ। ਜਿਹੜਾ ਸੱਚ ਬੋਲਦਾ ਨਾ ਉਹ ਬੰਦਾ ਗੁਰੂ ਦੀ ਕਿਰਪਾ ਦੇ ਨਾਲ ਬੋਲਦਾ ਆ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਆਪ ਇਹੋ ਜਿਹੇ ਮਾੜੇ ਚੰਗੇ ਕਰਮਾਂ ਦੇ ਵਿੱਚੋਂ ਕੱਢਿਆ ਆ, ਇਹੋ ਜਿਹੇ ਛੂਤ ਛਾਤ ਭੇਦ ਭਾਵ ਭੂਤ ਭਾਤ ਕਈ ਜਾਦੂ ਟੂਣਿਆਂ ਦੇ ਵਿੱਚੋਂ ਮਹਾਰਾਜ ਨੇ ਸਾਨੂੰ ਕੱਢ ਕੇ ਤੇ ਗੁਰਬਾਣੀ ਦੇ ਲੜ ਲਾਇਆ ਆ। ਚੰਗੇ ਕਰਮ ਦਿੱਤੇ ਸਾਨੂੰ ਕਰਨ ਵਾਸਤੇ ਮਹਾਰਾਜ ਨੇ। ਇਹ ਜਿਹੜੇ ਕਰਮ ਕਾਂਡ ਜਨਾਨੀਆਂ ਕਰਦੀਆਂ ਫਿਰਦੀਆਂ ਨੇ ਨਾ ਇਹ ਸਿਰਫ ਰੋਟੀਆਂ ਕਾਰਨ ਪੂਰੇ ਤਾਲ, ਇਹ ਰੋਟੀਆਂ ਦੇ ਕਾਰਨ ਪੈਸੇ ਜੇਬਾਂ ਲੋਕਾਂ ਦੇ ਲੁੱਟਣ ਦੇ ਕਾਰਨ ਇਹ ਕੰਮ ਕਰ ਰਹੀਆਂ ਜਨਾਨੀਆਂ। ਤਾਂ ਤੁਸੀਂ ਲਾਗੇ ਖਲੋਤੇ ਇਹੋ ਜਿਹੇ ਬੁੱਢੀਆਂ ਕੋਲ ਜ਼ਬਾਨਾਂ ਕਢਾਉਣ ਡਏ ਆ, ਇਹਦੀ ਜ਼ਬਾਨ ਏਦਾਂ ਫੜ ਕੇ ਖਿੱਚ ਲਓ ਇਹੋ ਜਿਹੀ ਬੁੱਢੀ ਦੀ ਜ਼ਬਾਨ। ਇੱਕ ਹੋਰ ਗਾਤਰਾ ਪਾ ਕੇ ਤੇ ਐ ਲੋਕਾਂ ਨੂੰ ਆਸ਼ੀਰਵਾਦ ਦਿੰਦੀ ਫਿਰਦੀ ਆ, ਦੁਰ ਫੜੇ ਮੂੰਹ ਤੁਹਾਡਾ ਉਹ ਬੇਵਕੂਫੋ ਜਨਾਨੀਓ, ਤੁਹਾਡਾ ਬੇੜਾ ਤੁਹਾਡਾ ਗਰਕ ਹੋਣਾ ਤੁਹਾਡਾ ਲੱਖ ਦੀ ਲਾਂਤ ਤੁਹਾਡੇ ਉੱਤੇ। ਉਹ ਕਿਨੂੰ ਕਰ ਕਰਕੇ ਵਿਖਾਉਣੇ ਪੰਥ ਨੂੰ? ਇਹ ਨਿਹੰਗ ਸਿੰਘ ਫੌਜਾਂ ਜਿਹੜੀਆਂ ਨਾ ਜਿਹੜਾ ਖਾਲਸਾ ਫੌਜਾਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਇਹ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਨੇ, ਇਹਨਾਂ ਦਾ ਕਰਕੇ ਇੰਡੀਆ ਦੇ ਉੱਤੇ ਚੜ੍ਹਦੀ ਕਲਾ ਆ। ਕਿਉਂਕਿ ਹਰ ਥਾਂ ਦੇ ਨਿਹੰਗ ਸਿੰਘ ਫੌਜਾਂ ਦਾ ਡਰ ਆ ਜਿਹੜੇ ਵਿਰੋਧੀ ਬੰਦੇ ਆ। ਤੇ ਜੇਕਰ ਇਹ ਡਰ ਲੋਕਾਂ ਦਾ ਬਿਲਕੁਲ ਲੱਥ ਗਿਆ ਨਾ ਤੇ ਇਹੋ ਜਿਹੇ ਬੰਦਿਆਂ ਨੂੰ ਕੱਚੇ ਚ ਵਾਜਣਾ ਉਹਨਾਂ ਨੇ ਇਹਨਾਂ ਦੀ ਸ਼ਕਤੀਆਂ ਸ਼ੁਕਤੀਆਂ ਨੀ ਵੇਖਣੀਆਂ। ਇਹਨੂੰ ਕਹਿ ਜਿਹੜਾ ਕਿ ਮਾੜਾ ਜਿਹਾ ਗੋਲੀ ਦੇ ਸਾਹਮਣੇ ਉਹ ਭਲਾ ਵੱਜਦੀ ਹੈ ਤੂੰ, ਜਿਹੜੀ ਤੁਫੰਗ ਆ ਨਾ ਤੁਫੰਗ ਦੇ ਸਾਹਮਣੇ 2 ਮਿੰਟ ਹੋ ਜਾ ਰਾਗ, ਤੇਰੀ ਜ਼ਬਾਨ ਜ਼ਬੂਨ ਵੇਖੀ ਕਿੱਧਰ ਜਾਂਦੀ। ਹਰਾਮ ਜਾਦੀ ਕੁੱਤੀ ਜਨਾਨੀ ਕੇ ਥਾਂ ਦੀ ਨਾ ਵੇਦੇ ਮਹਾਰਾਜ ਦਾ ਸ੍ਰੀ ਸਾਹਿਬ ਪਾ ਕੇ ਤੂੰ ਹਰਾਮ ਜਾਦੀਏ ਆਹ ਕੰਮ ਕਰਦੀ ਫਿਰਦੀ ਆ। ਉਹ ਗੱਲ ਫਿਰ ਇਹ ਮੁਕਤਸਰ ਦੀ ਧਰਤੀ ਦੇ ਉੱਤੇ ਇਹੋ ਜਿਹੇ ਕੰਮ ਹੋ ਰਹੇ ਆ, ਇਹ ਉੱਥੋਂ ਦੀ ਵੀਡੀਓ ਹੈ, ਇੱਕ ਵੀਰ ਨੇ ਪਹਿਲਾਂ ਵੀ ਵੀਡੀਓ ਪਾਈ। ਤੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਸਿੱਖਾਂ ਦੇ ਨਾਲ ਜਿਹੜੇ ਤੁਰਕ ਜਾਂ ਤੁਰਕਣੀਆਂ ਉਦੋਂ ਲੜ ਮਰ ਕੇ ਸ਼ਹੀਦ ਹੋਏ ਨਾ, ਤੇ ਸਿੱਖਾਂ ਦੇ ਕੋਲੋਂ ਗਲਤੀ ਦੇ ਨਾਲ ਇਕੱਠੇ ਥਾਂ ਦੇ ਸੰਸਕਾਰ ਕਰ ਦਿੱਤਾ ਗਿਆ ਸੀ ਉਹਨਾਂ ਦਾ, ਵਿੱਚੇ ਤੁਰਕ ਤੁਰਕਣੀਆਂ ਵਿੱਚੇ ਸਿੰਘ ਔਰ ਸਿੰਘਣੀਆਂ
ਤੇ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਪਤਾ ਲੱਗਾ ਨਾ ਵੀ ਸਾਰਿਆਂ ਨੇ ਇਕੱਠਿਆਂ ਦਾ ਦੇਹਾਂ ਦਾ ਸੰਸਕਾਰ ਇਕੱਠਾ ਹੀ ਕਰ ਦਿੱਤਾ ਆ, ਤੇ ਮਹਾਰਾਜ ਨੇ ਕਿਹਾ ਵੀ ਬਹੁਤ ਤੁਸੀਂ ਅਨਰਥ ਕੀਤਾ ਜੇ। ਉਹ ਆਂਦੇ ਕੀ ਗੱਲ ਹੋ ਗਈ ਮਹਾਰਾਜ? ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਹੁਣ ਇਹ ਤੁਹਾਡੇ ਘਰਾਂ ਦੇ ਵਿੱਚ ਹੀ ਜਨਮ ਲੈ ਕੇ ਤੇ ਤੁਹਾਡਾ ਹੀ ਪੰਥ ਦਾ ਬੇੜਾ ਗਰਕ ਕਰਨਗੇ। ਉਹ ਗੱਲ ਵੀ ਇਹ ਪੰਥ ਦਾ ਬੇੜਾ ਗਰਕ ਕਰਨ ਵਾਸਤੇ ਇਹੋ ਜਿਹੀਆਂ ਆਈਆਂ ਆ। ਮੈਂ ਤੁਹਾਨੂੰ ਪੰਜ ਪਿਆਰੇ ਸਾਹਿਬਾਨ ਬੇਨਤੀ ਕਰਦਾ ਤੁਹਾਡੇ ਚਰਨਾਂ ਦੇ ਵਿੱਚ, ਜਿਹੜੇ ਜਿਹੜੇ ਵੀ ਆਪਣੇ ਸਿੰਘ ਸਾਹਿਬਾਨ ਅੰਮ੍ਰਿਤ ਛਕਾਉਂਦੇ ਆ ਨਾ, ਕਮ ਸੇ ਕਮ 1-2 ਸਾਲ ਪਹਿਲਾਂ ਇਹਨਾਂ ਨੂੰ ਗੰਦਿਆਂ ਅੰਡਿਆਂ ਨੂੰ ਰਹਿਤ ਰੱਖ ਲੈਣ ਦਿਆ ਕਰੋ, ਇਹਨਾਂ ਨੂੰ ਰਹਿਤ ਰੱਖ ਲੈਣ ਦਿਆ ਕਰੋ। ਤੇ ਜੇਕਰ ਕੋਈ ਅੰਮ੍ਰਿਤ ਛਕ ਕੇ ਇਹੋ ਜਿਹੇ ਬੰਦਾ ਕੰਮ ਕਰਦਾ ਨਾ, ਫਿਰ ਬਾਅਦ ਵਿੱਚ ਵੀ ਤਾਂ ਉਹਦੇ ਜਾ ਕੇ ਗਲ ਦੇ ਵਿੱਚੋਂ ਸ੍ਰੀ ਸਾਹਿਬ ਲਵਾ ਕੇ ਲਿਆਓ, ਸ੍ਰੀ ਸਾਹਿਬ ਲਵਾ ਕੇ ਲਿਆਓ ਤੇ ਉਹਨੂੰ ਤਨਖਾਹ ਲਾਓ, ਕਾਨੂੰਨੀ ਕਾਰਵਾਈ ਕਰਕੇ 295 ਦਾ ਪਰਚਾ ਕਰਵਾ ਕੇ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਘੱਲੋ, ਜਿਹੜੇ ਮਹਾਰਾਜ ਦਾ ਅੰਮ੍ਰਿਤ ਛਕ ਕੇ ਭੰਗ ਕਰਦੇ ਨੇ, ਮਾੜਾ ਕਰਦੇ ਨੇ। ਇਹ ਬੁੜੀਆਂ ਵਾਲ ਖਰਾਲ ਖਾਲ ਕੇ ਫਿਰਦੀਆਂ ਨੇ, ਇਹ ਪਖੰਡ ਕਰਦੀਆਂ ਫਿਰਦੀਆਂ ਨੇ, ਕਈ ਬੁੜੀਆਂ ਨੂੰ ਨਿਆਣੇ ਦਿੰਦੀਆਂ ਫਿਰਦੀਆਂ ਨੇ, ਉਹ ਡੁੱਬ ਕੇ ਮਰ ਜਾਓ, ਇਹਨਾਂ ਦੇ ਪੱਲੇ ਦੇ ਕੱਖ ਆਪ ਨਹੀਂ ਹੈਗਾ। ਨਿਆਣੇ ਜਾ ਕੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰੋ ਤੇ ਜਾਂ ਫਿਰ ਕਿਸੇ ਡਾਕਟਰ ਦੇ ਕੋਲ ਜਾ ਕੇ ਇਲਾਜ ਕਰਾਓ, ਜਿਹੜੀ ਤੁਹਾਡੀ ਟਿਊਬ ਟਿਆ ਬੰਦ ਆ ਡਾਕਟਰ ਇਲਾਜ ਕਰਕੇ ਖੋਲ ਦੇਣਗੇ ਤੇ ਬੱਚਾ ਪੈਦਾ ਹੋ ਜਾਊਗਾ। ਇਹਨਾਂ ਦੇ ਕੋਲ ਪੱਲੇ ਕੱਖ ਨਹੀਂ ਹੈਗਾ, ਇਹ ਤੁਹਾਨੂੰ ਲੁੱਟਣ ਡਏ ਨੇ। ਜਿਹੜੇ ਬੰਦੇ ਇਹਨਾਂ ਦੇ ਥੱਲੇ ਪੈਰਾਂ ਦੇ ਵਿੱਚ ਜਨਾਨੀਆਂ ਲੱਗਦੀਆਂ ਫਿਰਦੀਆਂ ਨੇ, ਅੰਤ ਸਮੇਂ ਨੂੰ ਉਹ ਨਰਕਾਂ ਦਾ ਖਾਜਾ ਹੈ, ਨਰਕਾਂ ਦਾ ਖਾਜਾ। ਤੇ ਅਸੀਂ ਸੱਚ ਤਾਂ ਬੋਲਦੇ ਹਾਂ, ਸਾਨੂੰ ਇਹ ਕੰਮ ਠੀਕ ਨਹੀਂ ਲੱਗਦੇ। ਬਖਸ਼ਿਆ ਨਹੀਂ ਜਾਊਗਾ, ਉਹਦੇ ਭੂਰ ਕੱਢ ਕੇ 1 ਮਿੰਟ ਚ ਮੁੱਠ ਚ ਲਿਆ ਕੇ ਤੇ ਉਹਦੇ ਮੂੰਹ ਦੇ ਉੱਤੇ ਮਾਰਾਂਗੇ, ਕਿਉਂਕਿ ਨਿਹੰਗ ਸਿੰਘਾਂ ਦੀ ਜਿਹੜੀ ਸ਼ਸਤਰ ਕਿਰਪਾਨ ਆ ਨਾ, ਜਿਹੜੀ ਸ਼ਸਤਰ ਕਿਰਪਾਨ ਆ ਸ੍ਰੀ ਸਾਹਿਬ ਆ ਜਿਹੜਾ, ਇਹ ਸਭ ਤੋਂ ਵੱਡਾ ਭੂਤ ਨਾਸ਼ਕ ਆ। ਤੁਹਾਨੂੰ ਮੈਂ ਦਿਖਾ ਹੀ ਦਿੰਦਾ, ਖਲੋ ਜੋ, ਇਹ ਜਿਹੜਾ ਸ੍ਰੀ ਸਾਹਿਬ ਆ ਨਾ, ਸਭ ਤੋਂ ਵੱਡਾ ਭੂਤ ਨਾਸ਼ਕ ਆ। ਆਹ ਜਿਹੜਾ ਸ੍ਰੀ ਸਾਹਿਬ ਆ, ਇਹ ਜਦੋਂ ਆਪਣੀ ਕਲਾ ਖੇਡਦਾ ਨਾ, ਇਹ ਪਤਾ ਨਹੀਂ ਲੱਗਣ ਦਿੰਦਾ ਕਿੱਦਾਂ ਕਰਨਾ ਕੰਮ। ਇਸ ਕਰਕੇ ਇਹ ਸ੍ਰੀ ਸਾਹਿਬ ਪਾ ਕੇ ਰੱਖੋ, ਤੇ ਇਹ ਜਿਹੜੇ ਪਖੰਡੀ ਆ, ਦੰਮੀ ਆ, ਜਿਹੜੀਆਂ ਬੁੜੀਆਂ ਪਖੰਡ ਕਰਦੀਆਂ ਫਿਰਦੀਆਂ, ਮੈਂ ਜਨਾਨੀਆਂ ਨੂੰ ਬੀਬੀਆਂ ਨੂੰ ਕਹਿਣਾ ਚਾਹੁੰਦਾ ਵੀ ਬੀਬੀਓ ਭੈਣੋ, ਇਹੋ ਜਿਹੀ ਜਨਾਨੀਆਂ ਜਿਹੜੇ ਪਖੰਡ ਕਰਦੀਆਂ, ਛਿੱਤਰ ਲਓ ਲਾ ਤੇ ਉੱਥੇ ਬਣਾਓ ਵੀਡੀਓ ਤੇ ਮਾਰ ਮਾਰ ਛਿੱਤਰ ਦੇ ਇਹਨਾਂ ਦੇ ਵਾਲ ਦੋ ਖਿਲਾਰ ਤੇ ਜੁੰਡੇ ਦੋ ਇਹਨਾਂ ਦੇ ਖਿਲਾਰ, ਜਿਹੜੇ ਇਹੋ ਜਿਹੇ ਕੰਮ ਕਰਦੀਆਂ ਫਿਰਦੀਆਂ। ਇਹਨਾਂ ਦੇ ਅੰਦਰੋਂ ਜਿਹੜਾ ਭੂਤ ਚੱਜ ਨਾ ਕੱਢੋ। ਜੇਕਰ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਧੀਆਂ ਜੇਕਰ ਧੀਆਂ ਦੇ ਇਹੋ ਜਿਹੇ ਪਖੰਡ ਜਿਹੜੀਆਂ ਬੀਬੀਆਂ ਕਰਦੀਆਂ ਨੇ, ਉਹ ਬੀਬੀਆਂ ਸੁਧਾਰੋ, ਤੇ ਜੇ ਕੋਈ ਬੰਦਾ ਕਰਦਾ ਆ ਉਹ ਖਾਲਸੇ ਸਿੰਘ ਜਿਹੜੇ ਉਹ ਸੁਧਾਰਨਗੇ। ਇਸ ਕਰਕੇ ਇਹਨਾਂ ਦੇ ਕੋਲੋਂ ਅਲਰਟ ਰਹੋ, ਇਹਨਾਂ ਦੇ ਕੋਲੋਂ ਬਚੋ, ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ, ਤੇ ਛਿੱਤਰ ਇਹਨਾਂ ਦੇ ਦੁਆਲੇ ਫਿਰੋ ਜਿੱਥੇ ਵੀ ਇਹ ਕੰਮ ਕਰਦੇ ਨੇ। ਤੁਹਾਨੂੰ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਹਿੰਦਾ, ਕਿਉਂਕਿ ਪੁਲਿਸ ਪ੍ਰਸ਼ਾਸਨ ਇਹੋ ਜਿਹੇ ਭੂਤਾਂ ਛੂਤਾਂ ਵਾਲਿਆਂ ਨੂੰ ਉਹ ਵੀ ਨਹੀਂ ਮੰਨਦੇ, ਠੀਕ ਆ ਨਾ। ਤੇ ਗੱਜ ਕੇ ਜਿਕਾਰ ਆ ਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ ਗੁਰੂ ਕਲਗੀਧਰ ਪਾਤਸ਼ਾਹ ਦੇ ਮਨੋ ਭਾਵੇ, ਸਤਿ ਸ੍ਰੀ ਅਕਾਲ, ਗੁਰ ਭਰਿਆ ਅਕਾਲ, ਦੇਗ ਤੇਗ ਫਤਿਹ, ਖਾਲਸੇ ਦੀ ਹਰਮਦਾਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।